ਪਟਿਆਲਾ ਦੇ ਵਿੱਚ ਅੱਜ ਸਵੇਰੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਉੱਪਰ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਇਸ ਕਾਰਵਾਈ ਦੇ ਉੱਪਰ ਜਿੱਥੇ ਰਾਜਨੀਤਿਕ ਲੋਕ ਬੋਲਣ ਲੱਗੇ ਨੇ, ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸੋ ਕਿਸ ਤਰ੍ਹਾਂ ਦਾ ਪ੍ਰਤੀਕਰਮ ਕਿਸਾਨ ਜਥੇਬੰਦੀਆਂ ਵੱਲੋਂ ਆਇਆ ਅਤੇ ਕਿਸ ਤਰ੍ਹਾਂ ਦੀ ਕਾਰਵਾਈ ਹੁਣ ਇਹਨਾਂ ਵੱਲੋਂ ਵੇਖਣ ਨੂੰ ਮਿਲੇਗੀ ਸਰਕਾਰ ਦੇ ਖਿਲਾਫ਼, ਗੱਲਬਾਤ ਇਸ ਦੇ ਉੱਪਰ ਕਰਾਂਗੇ। ਗੱਲਬਾਤ ਕਰਾਂਗੇ ਇੱਕ ਐਕਟ ਦੇ ਵਿੱਚ ਸੋਧ ਦੀ। ਪੰਜਾਬ ਸਰਕਾਰ ਇੱਕ ਐਕਟ ਦੇ ਵਿੱਚ ਸੋਧ ਕਰ ਸਕਦੀ ਹੈ, ਆਉਣ ਵਾਲੇ ਸੈਸ਼ਨ ਦੇ ਵਿੱਚ ਇਸ ਮਤੇ ਨੂੰ ਪਾਸ ਵੀ ਕੀਤਾ ਜਾ ਸਕਦਾ। ਆਖਰ ਇਹ ਕੌਣ ਕਿਹੜਾ ਐਕਟ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਹੁਣ ਸੋਧ ਕਰਦੀ ਹੋਈ ਨਜ਼ਰ ਆ ਸਕਦੀ ਹੈ, ਪੂਰਾ ਮਾਮਲਾ ਕੀ ਹੈ, ਗੱਲਬਾਤ ਇਸ 'ਤੇ ਕਰਾਂਗੇ। ਅਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਟਾਰੂ ਚੱਕ ਮਾਮਲੇ ਦੇ ਉੱਪਰ। ਸ਼ਿਕਾਇਤਕਰਤਾ ਦੇ ਯੂ ਟਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਿਲਜੁਲ ਹੋਈ ਹੈ। ਆਮ ਆਦਮੀ ਪਾਰਟੀ ਦੇ ਖਿਲਾਫ਼ ਮੋਰਚਾਬੰਦੀ ਵਿਰੋਧੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ। ਕਿਸ ਤਰ੍ਹਾਂ ਦੇ ਬਿਆਨ ਇਸ ਮਾਮਲੇ ਦੇ ਉੱਪਰ ਆਏ ਨੇ, ਕਿਸ ਤਰੀਕੇ ਦੇ ਨਾਲ ਰਾਜਨੀਤੀ ਸ਼ੁਰੂ ਹੋਈ ਹੈ, ਗੱਲਬਾਤ ਇਸ 'ਤੇ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਅਤੇ ਤੁਸੀਂ ਦੇਖ ਰਹੇ ਹੋ ਲੁਕਵਾਂ ਸੱਚ। ਉਪਰੋਕਤ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੇ ਸਰਦਾਰ ਹਰਵਿੰਦਰ ਸਿੰਘ ਪੱਟੀ ਸਾਹਿਬ, ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਅੱਜ ਦੋ ਵੱਡੇ ਘਟਨਾਕ੍ਰਮ, ਪਹਿਲਾ ਰਾਜਨੀਤਿਕ ਤੌਰ 'ਤੇ ਜਿੱਥੇ ਯੂ ਟਰਨ ਦੀ ਗੱਲ ਆਪਾਂ ਕੀਤੀ ਕਟਾਰੂ ਚੱਕ ਮਾਮਲੇ ਦੇ ਵਿੱਚ, ਅਤੇ ਦੂਸਰੇ ਪਾਸੇ ਅੱਜ ਜਥੇਬੰਦੀਆਂ ਵੱਲੋਂ ਵੀ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ। ਪਹਿਲਾਂ ਆਪਾਂ ਜਥੇਬੰਦੀਆਂ ਦੀ ਗੱਲ ਕਰਾਂਗੇ, ਕਿਸਾਨਾਂ ਦੀ ਗੱਲ ਕਰਾਂਗੇ, ਕਿਉਂਕਿ ਅੱਜ ਸਵੇਰੇ ਸਵੇਰੇ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ, ਪਿਛਲੇ 5 ਦਿਨਾਂ ਤੋਂ ਧਰਨੇ ਦੇ ਉੱਪਰ ਬੈਠੇ ਪਟਿਆਲਾ ਦੇ ਵਿੱਚ ਮਰਨ ਵਰਤੇ ਬੈਠੇ ਕਿਸਾਨਾਂ ਦੇ ਆਗੂਆਂ ਨੂੰ ਚੁੱਕ ਲਿਆ, ਧਰਨੇ ਨੂੰ ਤਿੱਤਰ ਬਿੱਤਰ ਕਰ ਦਿੱਤਾ ਗਿਆ। ਪਰ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਕਹਿਣਾ ਕਹਿ ਰਿਹਾ ਹੈਗਾ ਵੀ ਇਹ ਜੋ ਧਰਨਾ ਚੁਕਾਇਆ ਗਿਆ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਚੁਕਾਇਆ ਗਿਆ, ਲੇਕਿਨ ਧਰਨਾ ਕਿਸ ਤਰੀਕੇ ਵੀ ਨਾਲ ਉਠਾਇਆ ਗਿਆ ਹੋਵੇ, ਇਸ ਦੇ ਉੱਪਰ ਹੁਣ ਸਵਾਲੀਆ ਚੈਨਲ ਬਣਨੇ ਸ਼ੁਰੂ ਹੋ ਗਏ ਨੇ। ਸੋ ਇਹਨਾਂ ਦੇ ਉੱਪਰ ਜਿੱਥੇ ਰਾਜਨੀਤਿਕ ਲੋਕ ਆਪਣੀ ਬਿਆਨ ਦਿੰਦੇ ਸ਼ੁਰੂ ਹੋਏ ਨੇ, ਉੱਥੇ ਹੀ ਕਿਸਾਨ ਜਥੇਬੰਦੀਆਂ ਵੀ ਅਗਲੇਰੀ ਰਣਨੀਤੀ ਬਣਾਉਣ ਦੇ ਵਿੱਚ ਜੁੱਟ ਗਈਆਂ ਨੇ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ, ਕਿਸ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਦੇ ਬਿਆਨ ਨੂੰ ਵੀ ਦੇਖ ਰਹੇ ਹੋ? ਲਖਵਿੰਦਰ ਜੀ, ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਕਿਸਾਨਾਂ ਦੇ ਨਾਲ ਸਾਰੀਆਂ ਮੰਗਾਂ ਦੇ ਉੱਪਰ ਸਰਕਾਰ ਦੀ ਪਹਿਲਾਂ ਸਹਿਮਤੀ ਬਣ ਗਈ ਸੀ, ਬੜੀਆਂ ਉਮੀਦਾਂ ਹੋ ਗਈਆਂ, 32 ਮੰਗਾਂ ਸੀ, ਸਾਰੀਆਂ ਨੇ ਕਿਹਾ ਕਿ ਮੰਨ ਲਏ। ਪਰ ਇਹ ਸਰਕਾਰ ਦੀ ਇੱਕ ਦੁਖਾਂਤ ਇਹ ਹੈ ਕਿ ਇਕੱਲੀ ਬਾਤੀ ਮੰਨ ਲੈਂਦੇ ਨੇ, ਲਾਗੂ ਕਰਨ ਦੇ ਮਸਲੇ ਦੇ ਉੱਪਰ ਰੌਲਾ ਪੈ ਜਾਂਦਾ। ਇਹ ਜਿਹੜਾ ਇੱਕ ਚਿੱਪ ਵਾਲੇ ਮੀਟਰਾਂ ਦਾ ਮਸਲਾ ਸੀਗਾ, ਉਹ ਅਤੇ ਹੋਰ 21 ਮੰਗਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਹੋਰੀਂ ਪਿਛਲੇ 5 ਦਿਨਾਂ ਤੋਂ ਮਰਨ ਵਰਤੇ ਬੈਠੇ ਸੀ। ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀ PSPCL ਦੀ ਜਿਹੜੀ ਦਫ਼ਤਰ ਹੈ ਉਹਦੇ ਅੱਗੇ, ਪਰ ਉਹ ਵੱਧਦਾ ਜਾ ਰਿਹਾ ਸੀ ਦਿਨੋਂ ਦਿਨ। ਮਤਲਬ ਅੱਜ ਸਵੇਰੇ ਤੜਕੇ ਤੜਕੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਲਿਜਾ ਕੇ ਉਹ ਕਿਸਾਨਾਂ ਨੂੰ ਚੱਕ ਲਿਆ, ਧੂਪਰੀਜ਼ ਕੀਤੀ ਉਹਨਾਂ ਦੀ। ਇਹ ਪਤਾ ਨਹੀਂ, ਵੈਸੇ ਮੈਂ ਪਹਿਲੀ ਵਾਰੀ ਸੁਣ ਰਿਹਾ ਸਰਕਾਰੀ ਅਧਿਕਾਰੀਆਂ ਦੇ ਬਿਆਨ ਆ ਰਹੇ ਨੇ ਕਿ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਅਸੀਂ ਉਹ ਚੱਕ ਲਿਆ। ਸ਼ਾਂਤੀਪੂਰਨ ਤਾਂ ਕਿਸਾਨ ਨੇ, ਜਦੋਂ ਅਸੀਂ ਇੱਕ ਜੱਥਾ ਲੈ ਕੇ ਪੂਰਾ ਦਸਤਾ ਲੈ ਕੇ ਪੁਲਿਸ ਦਾ ਹਥਿਆਰਬੰਦ ਜਾ ਕੇ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸਿੱਟਦੇ ਹਾਂ, ਇਹ ਸ਼ਾਂਤੀ ਕਿਸ ਤਰ੍ਹਾਂ ਦੀ ਸ਼ਾਂਤੀ ਹੁੰਦੀ ਹੈ? ਸੋ ਉਹਨਾਂ ਨਾਲ ਉਹਨਾਂ ਨੂੰ ਜ਼ਬਰਦਸਤੀ ਚੱਕਿਆ ਗਿਆ, ਜ਼ਬਰਦਸਤੀ ਚੱਕ ਕੇ ਉਹਨਾਂ ਨੂੰ ਜੇਲ੍ਹ 'ਚ ਸਿੱਟ ਦਿੱਤਾ ਗਿਆ। ਉਹ ਤੋਂ ਬਾਅਦ ਸਿਆਸੀ ਆਗੂਆਂ ਦੇ ਹੋਰਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਹੁਣ ਥੋੜ੍ਹੀ ਦੇਰ ਪਹਿਲਾਂ ਹੀ ਬਲਦੇਵ ਸਿੰਘ ਸਰਸਾ ਦਾ ਬਿਆਨ ਆ ਰਿਹਾ ਸੀ, ਉਹਨਾਂ ਨੇ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਮੋਰਚਾ ਖਤਮ ਹੋ ਗਿਆ, ਅਸਲ 'ਚ ਮੋਰਚਾ ਹੁਣ ਸ਼ੁਰੂ ਹੋਇਆ ਜੀ। ਪਰ ਮੈਂ ਸਮਝਦਾ ਵੀ ਇਹ ਸਰਕਾਰ ਦੇ ਲਈ ਬੜੀ ਮੰਦਭਾਗੀ ਗੱਲ ਹੈ
ਦੇਖੋ ਸਾਲ ਤਾਂ ਲੋਕਾਂ ਨੇ ਘੱਟ ਘੁੱਟ ਲਿਆ, ਚਲੋ ਗੱਲਾਂ ਬਾਤਾਂ ਹੋ, ਜਿਹੜਾ ਪਹਿਲਾਂ ਕਹਿੰਦੇ ਸੀ ਧਰਨਾ ਨਹੀਂ ਲੱਗਿਆ ਕਰਨਾ ਜੀ, 30 ਅਪ੍ਰੈਲ ਤੋਂ ਬਾਅਦ ਕੋਈ ਧਰਨਾ ਨਹੀਂ ਹੋ, ਸਰਕਾਰ ਪਿੰਡਾਂ 'ਚੋਂ ਚੱਲੋਗੀ। ਪਿਛਲੇ ਦਿਨੀ ਮਾਨਸਾ ਤੋਂ ਸਰਕਾਰ ਚੱਲਣ ਲੱਗੀ ਸੀ, ਉੱਥੇ ਕਿਸਾਨਾਂ ਨਾਲ ਉੱਥੋਂ ਪਾਈ ਹੋਈ ਧੱਕਾ ਮੁੱਕੀ ਹੋਈ, ਜਥੇਬੰਦੀਆਂ ਨਾਲ ਧੱਕਾ ਮੁੱਕੀ ਹੋਈ, ਇੱਥੋਂ ਤੱਕ ਕਿ ਨੌਜਵਾਨ ਜਿਹੜੇ ਮਤਲਬ ਸਿੰਗਰ ਕਤਲ ਹੋ ਗਏ ਸੀ ਮੂਸੇਵਾਲਾ, ਉਹਨਾਂ ਦੇ ਪਿਤਾ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ, ਪਤਾ ਨਹੀਂ ਕਿਹੜੇ ਲੋਕਾਂ ਦੇ ਦੁਆਰ ਸਰਕਾਰ ਉੱਥੇ ਗਈ ਸੀ। ਪਰ ਹੁਣ ਅੱਜ ਜਿਹੜੀ ਘਟਨਾਕ੍ਰਮ ਹੋਇਆ, ਹੁਣ ਅਸਲੀ ਰੂਪ ਦੇ ਵਿੱਚ ਸਰਕਾਰ ਹੈ ਜਿਹੜੀ, ਉਹ ਲੋਕਾਂ ਦੇ ਦੁਆਰ ਆਉਣੀ ਸ਼ੁਰੂ ਹੋ ਗਈ ਹੈ। ਅਤੇ ਬਲਦੇਵ ਸਿੰਘ ਸਰਸਾ ਜੀ ਕਹਿ ਰਹੇ ਸੀ ਕਿ ਪਿਛਲੇ ਸਾਰੇ ਮੁੱਖ ਮੰਤਰੀਆਂ ਦੀ ਹਿਸਟਰੀ ਨੂੰ ਮਾਤ ਪਾਤਾ ਭਗਵੰਤ ਸਿੰਘ ਮਾਨ ਨੇ, ਕਿ ਸਾਰੇ ਵਾਅਦੇ ਕਰਕੇ, ਸਾਰੀਆਂ ਗੱਲਾਂ ਕਰਕੇ, ਸਾਰੀਆਂ ਮੰਗਾਂ ਮੰਨ ਕੇ ਲਾਗੂ ਕਰਨ ਤੋਂ ਮੁੱਕਰ ਰਹੇ। ਦੂਸਰਾ ਇਹ ਹੈ ਕਿ ਮਹਾਰਾਣੀ ਪਰਨੀਤ ਕੌਰ ਜਿਹੜੇ MP ਨੇ ਪਟਿਆਲਾ ਤੋਂ, ਉਹਨਾਂ ਦਾ ਬਿਆਨ ਆਇਆ ਕਿ ਬੇਰਹਿਮੀ ਦੇ ਨਾਲ ਕਿਸਾਨਾਂ ਨੂੰ ਚੱਕ ਕੇ ਧੂਫ ਰੀਸ ਕਰਕੇ ਸੁੱਟਿਆ ਗਿਆ। ਚਲੋ ਸਿਆਸੀ ਆਗੂਆਂ ਨੇ ਤਾਂ ਆਪਣੀ ਸਿਆਸਤ ਕਰਨੀ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਉੱਪਰ, ਪਰ ਸਰਕਾਰ ਲਈ ਮੈਂ ਸਮਝਦਾ ਕਿ ਗੱਲਬਾਤ ਕਰਨ ਦੀ ਬਜਾਏ, ਮਸਲੇ ਹੱਲ ਕਰਨ ਦੀ ਬਜਾਏ, ਇਹ ਹੁਣ ਪੁਲਿਸ ਵਾਲੇ ਪਾਸੇ ਨੂੰ ਤੁਰ ਰਹੇ ਨੇ। ਪਰ ਪੁਲਿਸ ਦਾ ਪਹਿਲਾਂ ਹੀ ਆਪਾਂ ਨੂੰ ਲਾਅ ਐਂਡ ਆਰਡਰ ਦੀ ਪੋਜੀਸ਼ਨ ਪਤਾ ਹੈ, ਮਜੋਰਟੀ ਸਾਡੀ ਪੁਲਿਸ ਹੈ ਜਿਹੜੀ VIPs ਦੇ ਮਤਲਬ ਕਹਿ ਲਓ ਸੁਰੱਖਿਆ ਦੇ ਵਿੱਚ ਲੱਗੀ ਹੋਈ ਹੈ। ਸੋ ਪੰਜਾਬ ਲਈ ਇਹ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਨੇ, ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ। ਸਰਕਾਰ ਨੂੰ ਜਾਗਣਾ ਚਾਹੀਦਾ, ਪਰ ਲੋਕਾਂ ਨੂੰ ਨਾਲ ਲੈ ਕੇ ਜੀ, ਜਾਂ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ। ਡਾਕਟਰ ਸਾਹਿਬ, ਜਿਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਬਿਆਨ ਆਏ ਸੀ ਕਿ ਜਿਹੜਾ ਧਰਨਾ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਚੁਕਾਇਆ ਗਿਆ, ਭਾਵੇਂ ਕਿ ਲੋਕ ਚਲੋ ਪੋਲੀਟੀਕਲ ਲੋਕ ਆਪਣੀਆਂ ਗੱਲਾਂ ਅੱਗੇ ਰੱਖ ਰਹੇ ਨੇ, ਅਤੇ ਦੂਸਰੇ ਪਾਸੇ ਇੱਥੋਂ ਧਰਨਾ ਚੁਕਾਇਆ ਗਿਆ ਤਾਂ ਦਿਨ ਚੜ੍ਹਦੇ ਚੜ੍ਹਦੇ ਹੀ ਗੋਨਿਆਣਾ ਬਠਿੰਡਾ ਦੇ ਵਿੱਚ ਬਠਿੰਡਾ ਅੰਮ੍ਰਿਤਸਰ ਰੋਡ ਨੂੰ ਵੀ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ, ਉੱਥੇ ਵੀ ਧਰਨਾ ਲੱਗ ਗਿਆ। ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕਹਿ ਰਿਹਾ ਵੀ ਸ਼ਾਂਤਮਈ ਤਰੀਕੇ ਨਾਲ ਧਰਨਾ ਚੁਕਾਇਆ ਗਿਆ ਅਤੇ ਉੱਧਰੋਂ ਧਰਨਾ ਦੂਜੇ ਪਾਸੇ ਲੱਗ ਗਿਆ, ਦੇਖ ਰਹੇ ਹੋ ਵੀ ਮਾਹੌਲ ਪੰਜਾਬ ਦਾ ਸ਼ਾਂਤ ਰਹਿਣ ਵਾਲਾ ਜਾਂ ਕਿਸਾਨ ਜਥੇਬੰਦੀਆਂ ਕੋਈ ਵੱਡੀ ਰਣਨੀਤੀ ਉਲੀਕ ਸਕਦੇ ਨੇ ਇਸ ਸੰਬੰਧ ਦੇ ਵਿੱਚ? ਦੇਖੋ ਜੀ, ਆਉਣ ਵਾਲੇ ਦਿਨ ਨੇ ਜਿਹੜੇ ਮੇਰਾ ਖਿਆਲ ਉਹ ਦੱਸਣਗੇ। ਤੁਰੰਤ ਹੀ ਜਿਉਂ ਇਹ ਖਬਰ ਫੈਲੀ ਹੈ, ਗੋਨਿਆਣਾ ਮੰਡੀ ਦੇ ਵਿੱਚ ਉਹਨਾਂ ਨੇ ਮੇਨ ਹਾਈਵੇ ਬੰਦ ਕਰ ਲਿਆ। ਪਰ ਓਵਰਆਲ ਵੀ ਜੇ ਆਪਾਂ ਦੇਖੀਏ ਕਿ ਪਰਸੋਂ ਚੌਥੇ ਹੀ ਅਜੇ ਸ਼ਾਹਬਾਦ ਦੇ ਵਿੱਚ ਜਿਸ ਤਰ੍ਹਾਂ ਲਾਠੀਚਾਰਜ ਹੋਇਆ ਕਿਸਾਨਾਂ ਦੇ ਉੱਪਰ, ਸਾਰੇ ਮੁਲਕ ਦੇ ਵਿੱਚ ਜੇ ਨਿਗਾਹ ਮਾਰੀ ਜਾਵੇ, ਚਰੂਨੀ ਨੂੰ ਉੱਥੇ ਜਿਹੜੇ ਹਰਿਆਣਾ ਦੇ ਲੀਡਰ ਨੇ ਕਿਸਾਨ ਆਗੂ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੱਲ੍ਹ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉੱਥੇ ਆ ਕੇ ਕੁਰੂਕਸ਼ੇਤਰ ਦੇ ਵਿੱਚ ਮੇਨ ਹਾਈਵੇ ਜਾਮ ਕੀਤਾ ਹੋਇਆ, 24 ਘੰਟੇ ਤੋਂ ਉੱਪਰ ਟਾਈਮ ਲੱਗ ਗਿਆ ਜੀ। ਸੋ ਇਹ ਲੋਕਾਂ ਦੇ ਵਿੱਚ ਦਿਨੋਂ ਦਿਨ ਵੱਧ ਰਹੀ ਬੇਚੈਨੀ ਦੀਆਂ ਨਿਸ਼ਾਨੀਆਂ ਨੇ। ਔਰ ਇਸ ਟਾਈਮ ਸਰਕਾਰ ਨੂੰ ਇਹ ਜਿਹੀ ਮੂਰਖਤਾ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ। ਇਹਦਾ ਰਿਜ਼ਲਟ ਇਹ ਨਿਕਲੂਗਾ ਕਿ ਬਾਕੀ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋ ਜਾਣਗੀਆਂ, ਹਾਲਾਂਕਿ ਮੋਰਚੇ ਤੋਂ ਬਾਅਦ ਉਹ ਆਪੋ ਆਪਣੇ ਇਕੱਲੇ ਇਕੱਲੇ ਤੁਰ ਰਹੇ ਸੀ। ਪਰ ਜੇ ਉਹਨਾਂ ਦੇ ਉੱਪਰ ਜ਼ੁਲਮ ਹੋਊਗਾ ਤਾਂ ਡੈਫੀਨੇਟ ਹੈ ਕਿ ਇਹਦੇ ਖਿਲਾਫ਼ ਇਕੱਠੇ ਹੋ ਕੇ ਗੋਨਿਆਣਾ ਮੰਡੀ 'ਚ ਲੱਗੇ ਗਿਆ ਜਾਮ। ਪਰ ਜੇ ਉੱਥੇ ਧੱਕਾ ਕਰੋ ਵੀ ਸਰਕਾਰ ਤਾਂ ਹੋਰ ਗੱਲ ਪੜ ਦਿੰਦੀ ਹੈ, ਜੀਰੇ 'ਚੋਂ ਤੋਂ ਪਹਿਲਾਂ ਜੀਰਾ ਫੈਕਟਰੀ ਦਾ ਧਰਨਾ ਚੱਲ ਹੀ ਰਿਹਾ। ਸੋ ਸਰਕਾਰ ਦਾ ਮੇਰਾ ਖਿਆਲ ਦੇ ਵਿੱਚ ਇਹ ਹੈ ਕਿ ਪ੍ਰਾਇਓਰਟੀਜ਼ ਹੋਰ ਨੇ, ਸਾਡੇ CM ਸਾਹਿਬ ਵੀ ਅਤੇ ਹੋਰ ਬਾਹਰਲੇ ਸਟੇਟਾਂ ਦੇ ਦੌਰੇ ਕਰਦੇ ਨੇ ਜਾਂ ਹੋਰ ਇਸ ਤਰ੍ਹਾਂ ਦਾ ਪ੍ਰੋਪੇਗੰਡਾ ਕਰਦੇ ਰਹਿੰਦੇ ਨੇ, ਮਤਲਬ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਗਰਾਊਂਡ ਲੈਵਲ 'ਤੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਫੇਲ ਹੋ ਰਹੀ ਹੈ ਜੀ, ਅਤੇ ਇਹਨਾਂ ਨੂੰ ਉੱਥੇ ਧਿਆਨ ਦੇਣਾ ਚਾਹੀਦਾ ਜੀ। ਸੋ ਡਾਕਟਰ ਸਾਹਿਬ, ਦੂਸਰੀ ਖਬਰ, ਅਹਿਮ ਖਬਰ, ਪੰਜਾਬ ਸਰਕਾਰ ਇੱਕ ਐਕਟ ਦੇ ਵਿੱਚ ਸੰਸ਼ੋਧਨ ਕਰਨ ਜਾ ਰਹੀ ਹੈ। ਸੋ ਐਕਟ ਕੀ ਆ ਉਹ, ਜਿਸ ਦੇ ਵਿੱਚ ਇਹ ਸੰਸ਼ੋਧਨ ਦੀ ਗੱਲ ਚੱਲ ਰਹੀ ਹੈ, ਸੋਧ ਦੀ ਗੱਲ ਚੱਲ ਰਹੀ ਹੈ, ਅਤੇ ਕੀ ਆਉਣ ਵਾਲੇ ਸੈਸ਼ਨ ਦੇ ਵਿੱਚ ਇਹ ਸੋਧ ਕੀਤੀ ਜਾ ਸਕਦੀ ਹੈ? ਜੇਕਰ ਕੀਤੀ ਜਾਏਗੀ ਸੋਧ, ਇਹ ਮਤਾ ਜਾਏਗਾ
ਜਿਸ ਤਰੀਕੇ ਨਾਲ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਵੀ ਜਾਏਗਾ ਜ਼ਰੂਰ, ਇਹ ਐਕਟ ਨੂੰ ਸੋਧ ਕੀਤੀ ਜਾਏਗੀ ਸੈਸ਼ਨ ਦੇ ਵਿੱਚ, ਇਹ ਐਕਟ ਦੇ ਵਿੱਚ ਸੋਧ ਕਰਨ ਦੀ ਜ਼ਰੂਰਤ ਕੀ ਪਈ ਹੈ, ਪੂਰਾ ਮਾਮਲਾ ਕੀ ਹੈ, ਐਕਟ ਕੀ ਹੈ, ਸੋਧ ਕਿਉਂ ਜ਼ਰੂਰੀ ਹੈ? ਰਖਵਿੰਦਰ ਜੀ, ਗੱਲ ਇਹ ਹੈ ਵੀ ਹਰ ਸਰਕਾਰ ਦਾ ਜਾਂ ਹਰ ਸਿਆਸੀ ਪਾਰਟੀ ਦਾ ਹੀ ਹੁੰਦਾ ਹੈ ਕਿ ਸਾਡੇ ਇਹ ਵੈ ਬੜੀ ਵੱਡੀ ਬਦਕਿਸਮਤੀ ਹੈ। ਅੰਗਰੇਜ਼ਾਂ ਦੇ ਟਾਈਮ ਜਿਹੜੀ ਬਿਊਰੋਕਰੇਸੀ ਸੀ ਨਾ, IAS IPS ਜਾਂ ਉਹ ਤੋਂ ਥੱਲੇ ਦੇ ਲੈਵਲ ਦੀ, ਇਹਨੂੰ ਸਟੀਲ ਫਰੇਮ ਆਫ ਸਟੇਟ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਬੰਦੇ ਨੇ ਸਿਨਿਓਰਟੀ ਵਾਈਜ਼ ਬੜੇ ਪੱਕੇ ਇੰਪੈਕੇਬਲ, ਕਿਉਂਕਿ ਪੱਕੇ ਹੁੰਦੇ ਸੀ ਪੋਲੀਟੀਸ਼ਨ ਆਉਂਦੇ ਜਾਂਦੇ ਨੇ। ਹੁਣ ਕੀ ਹੋਇਆ, ਪਿਛਲੇ ਸਮੇਂ ਤੋਂ ਪਹਿਲੀਆਂ ਸਰਕਾਰਾਂ ਨੇ, ਕਾਂਗਰਸੀਆਂ ਨੇ ਵੀ, ਅਕਾਲੀਆਂ ਨੇ, ਇਹਨਾਂ ਪਰਸਨਲਾਈਜ਼ ਕਰ ਲਿਆ ਅਫਸਰਾਂ ਅਤੇ ਰਾਹ ਬਣ ਗਈਆਂ ਉਹਨਾਂ ਦੇ ਵਿੱਚ ਫੁੱਟਬੰਦੀ ਹੋ ਗਈ ਹੈ। ਹੁਣ ਕੀ ਹੈ ਕਿ ਜਿੰਨੇ ਵੀ ਸੀਨੀਅਰ ਪੁਲਿਸ ਅਫਸਰ ਨੇ ਸਾਡੇ IPS, ਉਹ ਸਾਡੇ ਗੌਰਵ ਯਾਦਵ ਜੀ ਜਿਹੜੇ ਹੁਣ DGP ਨੇ, ਇਹਨਾਂ ਤੋਂ ਕਿਤੇ ਸੀਨੀਅਰ ਨੇ। ਉਹਦਾ ਰਿਜ਼ਲਟ ਕੀ ਹੈ ਕਿ ਕਿਉਂਕਿ ਤੁਸੀਂ ਜੂਨੀਅਰ ਬੰਦੇ ਨੂੰ DGP ਲਾਤਾ, ਇਸ ਕਰਕੇ ਪੁਲਿਸ ਫੋਰਸ ਲਗਭਗ ਡੀਮੋਰਲਾਈਜ਼ ਅਤੇ ਡਿਸਔਰਗੇਨਾਈਜ਼ ਹੈ ਕਿਸਮ ਦੇ ਨਾਲ। ਪਰ ਕਿਉਂਕਿ ਦਿੱਲੀ ਤੋਂ ਦੱਸਦੇ ਨੇ ਵੀ ਦਿੱਲੀ ਦੇ ਆਪਣੇ ਜਿਹੜੇ ਆਪ ਦੇ ਸੁਪਰੀਮੋ ਨੇ, ਉਹਨਾਂ ਦੀ ਇਹਨਾਂ ਦੇ ਨਾਲ ਕਾਫੀ ਨੇੜਤਾ ਹੈ, ਮਤਲਬ ਜਿੰਨੇ ਮਰਜ਼ੀ ਅੱਛੇ ਜਾਂ ਇਮਾਨਦਾਰ ਅਫਸਰ ਹੋਣ, ਗੱਲ ਇਹ ਹੁੰਦੀ ਹੈ ਕਿ ਇੱਕ ਸੀਨੀਓਰਟੀ ਦਾ ਰੋਲ ਜੀ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਸੈਂਟਰ ਨੇ ਪੈਨਲ ਮੰਗਿਆ DGP ਦੇ ਲਈ, ਉਹ ਪਹਿਲੇ ਪੈਨਲ ਦੇ ਵਿੱਚ ਉਹਨਾਂ ਦੀ ਸੀਨੀਓਰਟੀ ਨਹੀਂ ਆਉਂਦੀ, ਉਹਨਾਂ ਦੇ ਸੀਨੀਅਰ ਕਾਫੀ ਬੈਠੇ ਨੇ ਜੀ। ਸੋ ਉਸ ਕਰਕੇ ਸੁਣ ਰਹੇ ਹਾਂ, ਪੰਸੋਆਂ ਮਿਲ ਰਹੀਆਂ ਨੇ, ਖਬਰਾਂ ਵੀ ਚੱਕੀਆਂ ਨੇ ਕਿ ਉਸ ਐਕਟ ਦੇ ਵਿੱਚ ਸੋਧ ਕਰਕੇ ਉਹਨਾਂ ਨੂੰ ਪੱਕੇ ਤੌਰ 'ਤੇ DGP ਲਾ ਕੇ ਰੱਖਣ ਦੇ ਲਈ ਇਹ ਕਰ ਰਹੇ, ਕਿਉਂਕਿ ਉਹ ਇਹਨਾਂ ਦਾ ਜਿਹੜਾ ਵੀ ਕੰਮ ਹੈ, ਚਾਹੇ ਉਹ ਅੰਮ੍ਰਿਤਪਾਲ ਨੂੰ ਭਜਾਉਣਾ ਸੀ, ਚਾਹੇ ਛੱਡਣਾ ਸੀ, ਚਾਹੇ ਉਹਨੂੰ ਸਰੈਂਡਰ ਕਰਾਉਣਾ ਸੀ, ਉਹ ਇਹਨਾਂ ਦੀ ਰਾਮਲੀਲਾ ਪੂਰੀ ਜਿਵੇਂ ਕਹਿੰਦੇ ਨੇ ਉਵੇਂ ਕਰ ਰਹੇ। ਪਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਮਤਲਬ ਤੁਸੀਂ ਪੁਲਿਸ ਫੋਰਸ ਦੀ ਪੋਲੀਟੀਸਾਈਜੇਸ਼ਨ ਇਸ ਲੈਵਲ ਦੇ ਉੱਪਰ ਕਰ ਰਹੇ ਹੋ ਕਿ ਪਹਿਲੇ 7-8 ਅਫਸਰ ਇਗਨੋਰ ਹੋ ਜਾਣਗੇ। ਪਰ ਪਹਿਲਾਂ ਹੀ ਅਸੀਂ ਦੇਖ ਰਹੇ ਹਾਂ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਇਹ ਅੰਡਰ ਕਲਾਊਡ ਨੇ ਜਿਹੜੇ ਪ੍ਰੈਜ਼ੈਂਟ DGP ਨੇ, ਮਤਲਬ ਇਹਨਾਂ ਦੇ ਹੁੰਦਿਆਂ ਹੀ ਰਾਜਜੀਤ ਜੀ ਅਤੇ ਆਪਣਾ ਤੁਹਾਡੇ ਭੱਜੇ ਨੇ ਇੱਥੋਂ, ਭੱਜੇ ਪਤਾ ਨਹੀਂ ਕਿੱਥੇ ਨੇ, ਇੱਥੇ ਚੰਡੀਗੜ੍ਹ ਕਿਤੇ ਬੈਠੇ ਹੋਣਗੇ, ਉਹ ਤਾਂ ਆਪਣੇ ਮੁਖਤਿਆਰਨਾਮੇ ਲਿਖ ਲਿਖ ਕੇ ਦੇ ਰਹੇ ਨੇ ਵਕਾਲਤਨਾਮੇ ਵਕੀਲਾਂ ਨੂੰ, ਬਾਹਰੋਂ ਬਾਹਰਲੀ ਏਜੰਸੀਆਂ ਕੋਲ ਤਾਂ ਨਹੀਂ ਆ ਰਹੇ, ਉਹ ਚਰਚਾ ਚੱਲ ਰਹੀ ਹੈ ਪਹਿਲਾਂ ਹੀ। ਗਵਰਨਰ ਨੇ ਵੀ ਕੱਲ੍ਹ ਯਾਦ ਕੀਤਾ ਕਿ ਇੰਦਰਜੀਤ ਸਿੰਘ ਜੀ ਅਤੇ ਰਾਜਜੀਤ ਸਿੰਘ ਜੀ ਜਿਹੜੇ ਨਸ਼ਿਆਂ ਦੇ ਖਿਲਾਫ਼ ਐਡੀ ਮੁਹਿੰਮ ਚਲਾਉਣ ਆਈ ਸੀ ਜਿਹੜੀ ਸਰਕਾਰ, ਪਰ ਜਿਨ੍ਹਾਂ ਦੇ ਵਿੱਚ CM ਸਾਹਿਬ ਨੇ ਆਪ ਟਵੀਟ ਕਰਿਆ ਜਿਸ ਦਿਨ ਉਹ ਲਿਸਟਾਂ ਜਾਰੀ ਕਰੀਆਂ ਹਾਈ ਕੋਰਟ ਨੇ ਕਿ ਜੀ ਹੁਣ ਅਸੀਂ ਵੱਡਿਆਂ ਵੱਡਿਆਂ ਨੂੰ ਵੀ ਹੱਥ ਪਾਵਾਂਗੇ ਜਿਹੜੇ DGP ਲੈਵਲ 'ਤੇ ਵੀ ਇਹਦੇ 'ਚ ਸ਼ਾਮਲ ਸੀ। ਉਹਨਾਂ ਨੇ ਇਹਨਾਂ ਹੀ ਆਪਣੇ ਹੋਣ ਵਾਲੇ DGP ਨੂੰ ਕਿਹਾ ਕਿ ਉਹਨਾਂ ਦੀ ਲਿਸਟ ਦਿੱਤੀ ਜਾਵੇ, ਅਤੇ ਇਹਨਾਂ ਨੇ ਲਿਸਟ ਦੀ ਲਿਖ ਤਾਂ ਦਿਲ ਕਿ ਕੋਈ ਹੋਰ ਕੋਈ ਸ਼ਾਮਲ ਨਹੀਂ ਸੀ ਸੀਨੀਅਰ ਬੰਦਾ। ਸੋ ਇਹ ਬੇਸਿਕਲੀ ਮੇਰਾ ਖਿਆਲ ਹੈ ਵੀ ਪੰਜਾਬ ਦੇ ਲਈ ਬਹੁਤ ਦੁਖਦਾਈ ਕਿਸਮ ਦੀਆਂ ਖਬਰਾਂ ਨੇ ਕਿ ਲਾਅ ਐਂਡ ਆਰਡਰ ਦਿਨੋਂ ਦਿਨ ਥੱਲੇ ਜਾ ਰਿਹਾ ਹੈ। ਇਕੱਲੇ ਹੀ ਇੱਕ ਮੇਜਰ ਕਤਲ ਸੁਨਿਆਰੇ ਦਾ ਹੋਇਆ, ਬਿਜ਼ਨਸਮੈਨ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ, ਜੇਲ੍ਹਾਂ 'ਚੋਂ ਵੀਡੀਓਜ਼ ਜਾਰੀ ਹੋ ਰਹੀਆਂ ਨੇ, ਜਿਹੜਾ ਇਹਦਾ ਚੇਂਜਿੰਗ ਦਾ ਕਾਰਜਕਾਲ ਹੈ ਪ੍ਰੈਜ਼ੈਂਟ DGP ਸਾਹਿਬ ਦਾ ਵੀ, ਉਹ ਆਪਣੇ ਸਾਹਮਣੇ ਹੀ ਹੈ, ਕਿਸੇ ਤੋਂ ਛੁਪਿਆ ਨਹੀਂ ਹੋਇਆ। ਸੋ ਇਹ ਕਿਸ ਕਿਸਮ ਦਾ ਰੂਲ, ਕਿਸ ਕਿਸਮ ਦਾ ਇਹ ਮਤਲਬ ਰਾਜ ਕਾਇਮ ਕਰਨਾ ਚਾਹੁੰਦੀ ਹੈ ਸਰਕਾਰ, ਇਹ ਤਾਂ ਮਤਲਬ ਪਰਮਾਤਮਾ ਹੀ ਜਾਣਦਾ। ਇਹ ਜੇ ਹੁਣ ਰੂਲਾਂ ਨੂੰ ਵੀ ਭੰਗ ਕਰਕੇ ਜਾਂ ਇਸ ਤਰੀਕੇ ਦੇ ਨਾਲ ਕਰਕੇ ਕਰਨਗੇ ਤਾਂ ਉਹ ਫਿਰ ਅੱਗੇ ਗਵਰਨਰ ਸਾਹਿਬ ਬੈਠੇ ਨੇ, ਉਹਨਾਂ ਨੇ ਅੜਿੱਕਾ ਪਾਉਣਾ, ਮਤਲਬ ਇਹ ਹੋਰ ਹੀ ਕਿਸਮ ਦੇ ਮਸਲੇ, ਇਹਨਾਂ ਦਾ ਕੋਈ ਲੋਕਾਂ ਦੇ ਆਮ ਮਰਾ ਜ਼ਿੰਦਗੀ ਦੇ ਮਸਲਿਆਂ ਨਾਲ ਸੰਬੰਧ ਨਹੀਂ, ਉਹਨਾਂ ਦੇ ਵਿੱਚ ਹੀ ਸਰਕਾਰ ਉਲਝੀ ਹੋਈ। ਮੀਡੀਆ ਦੇ ਵਿੱਚ ਪ੍ਰੋਪੇਗੰਡਾ ਰੌਲਾ ਰੱਪਾ ਇੱਧਰ ਉੱਧਰ, ਬਸ ਪਰ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ, ਕਿਸੇ ਨੂੰ ਵੀ ਨਹੀਂ ਪਤਾ ਵੀ ਸੀ ਜੀ। ਸੋ ਇਹ ਹੈ ਕਿ ਸੁਣ ਰਹੇ ਹਾਂ ਕਿ ਇੱਦਾਂ ਦਾ ਕੋਈ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਲਿਆ ਕੇ ਪ੍ਰਪੋਜ਼ਲ ਹੈਗੀ ਹੈ। ਚਾਹੀਦਾ ਤਾਂ ਇਹ ਸੀ ਵੀ ਸੀਨੀਅਰ ਮੋਸਟ ਦੇ ਹਿਸਾਬ ਦੇ ਨਾਲ ਹੀ ਚੱਲਦੇ, ਸੀਨੀਓਰਟੀ ਦੇ ਰੂਲ ਨੂੰ ਮੰਨ, ਤਾਂ ਕਿ ਅਫਸਰਾਂ ਦੇ ਵਿੱਚ ਨਿਰਾਸ਼ਾ ਨਾ ਫੈਲੇ।
ਪਰ ਜਿੰਨੇ ਜਦੋਂ ਤੁਸੀਂ ਇੱਕ ਸੀਨੀਅਰ ਬੰਦੇ ਨੂੰ ਸੁਸੀਡ ਕਰਕੇ ਆਪਾਂ ਫੌਜ 'ਚ ਵੀ ਦੇਖਿਆ, ਜਦੋਂ ਤੁਸੀਂ ਜੂਨੀਅਰ ਬੰਦੇ ਨੂੰ ਲਾਓਗੇ ਤਾਂ ਸੀਨੀਅਰ ਬੰਦੇ ਨੇ ਜਿਹੜੇ ਵਿਚਾਰੇ ਉਹ ਤਾਂ ਨਿਰਾਸ਼ ਹੋ ਜਾਂਦੇ ਨੇ, ਔਰ ਉਹਨਾਂ ਦੇ ਨਾਲ ਜਿਹੜੇ ਜੁੜੇ ਹੁੰਦੇ ਨੇ ਲੋਕ ਉਹ ਵੀ ਉਸ ਤਰ੍ਹਾਂ ਦੇ ਨਾਲ ਫੰਕਸ਼ਨ ਨਹੀਂ ਕਰਦੇ ਫਿਰ। ਸੋ ਇਹ ਮੇਰਾ ਖਿਆਲ ਹੈ ਕੋਈ ਐਡਮਿਨਿਸਟ੍ਰੇਟਿਵ ਦੀ ਬਹੁਤ ਸਿਆਣੀ ਗੱਲ ਨਹੀਂ ਹੋਊਗੀ, ਪਰ ਕਿਉਂਕਿ ਇਹਨਾਂ ਦਾ ਹੁਣ ਇਹ ਹੈ ਵੀ ਸਾਡਾ ਹੁਕਮ ਚੱਲੇ, ਅਸੀਂ ਜਿਸ ਤਰ੍ਹਾਂ ਕਹੀਏ ਵੀ ਖੜੇ ਹੋ ਜਾਓ ਖੜੇ ਹੋ ਜਾਂ ਬੈਠ ਲਓ ਬੈਠ ਜਾਓ, ਰੂਲ ਆਫ ਲਾਅ ਵਾਲੀ ਗੱਲ ਤਾਂ ਫਿਰ ਰਹਿੰਦੀ ਨਹੀਂ ਹੁੰਦੀ, ਜੀ ਉਧਰ ਨੂੰ ਸਰਕਾਰ ਤੁਰ ਰਹੀ ਹੈ ਜੀ। ਸੋ ਬਿਲਕੁਲ ਜੀ, ਹਰ ਇੱਕ ਮਾਮਲੇ ਦੇ ਉੱਪਰ ਸਿਆਸਤ ਹੁਣ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ, ਹਰ ਇੱਕ ਕੋਈ ਵੀ ਮੁੱਦਾ ਚੱਕੀ ਉਹਦੇ ਉੱਪਰ ਉਹ ਸਿਆਸਤ ਦੀ ਭੇਟ ਚੜ੍ਹ ਜਾਂਦਾ। ਦੂਸਰੇ ਪਾਸੇ ਖਬਰ ਕਟਾਰੂ ਚੱਕ ਮਾਮਲੇ ਦੇ ਲਈ, ਜਿਹੜੇ ਕਿ ਵਿਵਾਦਤ ਵੀਡੀਓ ਦੇ ਵਿੱਚ ਉਲਝੇ ਹੋਏ ਸੀ ਮੰਤਰੀ ਲਾਲ ਚੰਦ ਕਟਾਰੂ ਚੱਕ, ਉਸ ਦੇ ਅੱਜ ਇੱਕ ਬ੍ਰੇਕ ਲੱਗਦੀ ਨਜ਼ਰ ਆਈ ਹੈ, ਕਿਉਂਕਿ ਸ਼ਿਕਾਇਤਕਰਤਾ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ। ਉਹਨਾਂ ਨੇ ਜੋ SIT ਦੀ ਰਿਪੋਰਟ SC ਕਮਿਸ਼ਨ ਨੂੰ ਭੇਜੀ ਗਈ ਹੈ ਉਹਦੇ ਵਿੱਚ ਇਹ ਕਹਿੰਦੇ ਨਜ਼ਰ ਆਏ ਨੇ ਵੀ ਸ਼ਿਕਾਇਤਕਰਤਾ ਨੇ ਕਿਸੇ ਵੀ ਕਾਰਵਾਈ ਤੋਂ ਹੁਣ ਇਨਕਾਰ ਕਰ ਦਿੱਤਾ, ਵੀ ਉਹ ਮੰਤਰੀ ਖਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਹੁਣ ਜਦੋਂ ਇਹ ਗੱਲ ਪਬਲਿਕ ਡੋਮੇਨ ਦੇ ਵਿੱਚ ਆਈ ਆ ਤਾਂ ਇਹਦੇ ਉੱਪਰ ਨੈਚੁਰਲੀ ਗੱਲ ਹੈ ਵੀ ਸਿਆਸਤ ਭਖਣੀ ਸੀ। ਸੋ ਵਿਰੋਧੀ ਪਾਰਟੀਆਂ ਦੇ ਵੀ ਤਿੱਖੇ ਨਿਸ਼ਾਨੇ ਹੁਣ ਇਸ ਮਾਮਲੇ ਦੇ ਉੱਪਰ ਆਏ ਨੇ, ਕਿਵੇਂ ਦੇਖ ਰਹੇ ਉਸ ਪੂਰੇ ਮਾਮਲੇ ਨੂੰ, ਅਤੇ ਵਿਰੋਧੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਹੁਣ ਇਸ ਮਾਮਲੇ ਦੇ ਉੱਪਰ ਸਿਆਸਤ ਕਰਦੀਆਂ ਨਜ਼ਰ ਆ ਰਹੀਆਂ ਨੇ? ਮੇਰੇ ਖਿਆਲ ਲਖਵਿੰਦਰ ਜੀ, ਦੇਖਣ ਨੂੰ ਤਾਂ ਇੱਦਾਂ ਲੱਗਦਾ ਵੀ ਸਰਕਾਰ ਕਾਮਯਾਬ ਹੋਊਗੀ, ਪਰ ਮੈਨੂੰ ਲੱਗਦਾ ਸਰਕਾਰ ਨੇ ਸੈਲਫ ਗੋਲ ਕਰ ਲਿਆ ਆਪਣੀ, ਕਿਉਂਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਨੇ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਸੀ ਜਿਹੜੇ ਸ਼ਿਕਾਇਤਕਰਤਾ ਸੀ, ਚਾਹੇ ਉਹ ਮਜੀਠੀਆ ਸੀ, ਚਾਹੇ ਉਹ ਸਰਸਾ, ਚਾਹੇ ਕੋਈ ਹੋਰ ਨੇ, ਉਹਨਾਂ ਨੇ ਤਾਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਇਹ ਜਿਹੜਾ ਲਟਕਾਇਆ ਜਾ ਰਿਹਾ, ਜਿਹੜੀ ਸਿੱਟ ਬਣਾਈ ਜਾ ਰਹੀ ਹੈ, ਇਹ ਉਹਨੂੰ ਪ੍ਰੈਸ਼ਰਾਈਜ਼ ਕਰਕੇ ਉਸ ਗਰੀਬ ਆਦਮੀ ਨੂੰ ਮਤਲਬ ਮੁਕਰਾਉਣ ਦਾ ਸਿਲਸਿਲਾ ਹੈ। ਉਹ ਹੁਣ 60 ਦਿਨਾਂ ਦੇ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਿੱਟ ਬਣ ਗਈ। ਸਿੱਟ ਨੇ ਕਿਹਾ ਕਿ ਜੀ ਉਹ ਟਰੇਸੇਬਲ ਨਹੀਂ ਹੈ ਬੰਦਾ, ਮੰਤਰੀ ਤਾਂ ਟਰੇਸੇਬਲ ਸੀਗਾ, ਸਿੱਟ ਨੇ ਤਾਂ ਅੱਜ ਤੱਕ ਨਹੀਂ ਮੰਤਰੀ ਦਾ ਕੋਈ ਬਿਆਨ ਲਿਆ। ਸੋ ਉਹ ਕਵਰ ਅਪ ਵੀ ਇੰਨਾ ਨੰਗਾ ਕਵਰ ਅਪ ਹੈ ਕਿ ਉਹਦੇ 'ਚੋਂ ਉਹ ਆਪਣੇ ਗਲ ਦੇ ਵਿੱਚ ਹੋਰ ਮਰਿਆ ਹੋਇਆ ਸੱਪ ਇਹਨਾਂ ਨੇ ਪਾ ਲਿਆ ਰਾਧਰ। ਉਹਨੇ ਪਹਿਲੀ ਸ਼ਿਕਾਇਤ ਜਿਹੜੀ ਲਿਖੀ ਸੀ, ਮਿਸਟਰ ਕੇਸ਼ਵ ਜਿਹੜਾ ਵੀ ਸੀ, ਉਹਨੇ ਲਿਖਿਆ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ, ਮੇਰੇ ਉੱਪਰ ਬਹੁਤ ਵੱਡਾ ਪ੍ਰੈਸ਼ਰ ਹੈ, ਮੈਂ ਦਿੱਲੀ ਦੇ ਵਿੱਚ ਹਾਂ, ਮੈਂ ਪੰਜਾਬ 'ਚ ਪੜ੍ਹ ਵੀ ਨਹੀਂ ਸਕਦਾ, ਇੰਨਾ ਪ੍ਰੈਸ਼ਰ ਹੈ। ਪਰ ਉਹਦੇ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਸ ਪ੍ਰੈਸ਼ਰ ਦਾ ਸਿੱਟਾ ਆਪਣੇ ਸਾਹਮਣੇ ਹੈ ਕਿ ਉਹ ਮੁੱਕਰ ਗਿਆ। ਇੱਕ ਬੰਦਾ ਸਾਰੀ ਕੈਬਨਿਟ ਨੂੰ, ਸਾਰੀ ਸਟੇਟ ਨਾਲ ਕਿਵੇਂ ਲੜ ਸਕਦਾ? ਚਾਹੀਦਾ ਤਾਂ ਇਹ ਸੀ ਸਰਕਾਰ ਨੇ, ਜੇ ਬਿਲਕੁਲ ਸਾਫ਼ ਦਮਨ ਆਪਣਾ ਦਿਖਾਉਣਾ ਸੀ ਤਾਂ ਇੰਡੀਪੈਂਡੈਂਟ ਏਜੰਸੀ ਤੋਂ ਇਨਕੁਆਇਰੀ ਕਰਾਉਣੀ। ਪਰ ਇਨ ਦਾ ਮੀਨ ਟਾਈਮ ਜਿਹੜਾ ਮੰਤਰੀ ਸੰਬੰਧਿਤ ਹੈ ਉਹਨੂੰ ਮਤਲਬ ਮੰਤਰੀ ਮੰਡਲ ਦੇ ਵਿੱਚੋਂ ਕੱਢ ਦੇ ਜਾਂ ਸਸਪੈਂਡ ਕਰ ਦੇ। ਹਰਿਆਣੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਉੱਥੇ ਜਿਹੜਾ ਖੇਡ ਮੰਤਰੀ ਸੀ ਉਹਦੇ ਦੋਸ਼ ਲੱਗਿਆ ਸੀ, ਪਰ ਉਹਨਾਂ ਨੂੰ ਉਹਦਾ ਉਸ ਘੱਟੋ ਘੱਟ ਉਸ ਮਹਿਕਮੇ ਤੋਂ ਉਹਨੇ ਅਸਤੀਫਾ ਉਹਨਾਂ ਨੇ ਲਿਆ। ਪਰ ਹੁਣ ਕਿਉਂਕਿ ਮੌਸਮ ਬਦਲਦਾ ਜਾ ਰਿਹਾ, ਇਲੈਕਸ਼ਨਾਂ ਨੇੜੇ ਆ ਰਹੀਆਂ ਨੇ, ਪਾਰਟੀਆਂ ਬੜੀਆਂ ਇਨਸਿਕਿਓਰ ਨੇ, ਤੁਸੀਂ ਦਿੱਲੀ 'ਚ ਜੋ ਕੁਛ ਹੋ ਰਿਹਾ ਦੇਖੋ, ਬਿਲਕੁਲ ਪੈਰਲ ਪੰਜਾਬ 'ਚ ਹੋ ਰਿਹਾ ਕਿ ਜਿਹੜਾ ਵਿਕਟਮ ਹੈ ਉਹੀ ਰਿਸੀਵਿੰਗ ਐਂਡ 'ਤੇ ਹੈ। ਉੱਥੇ ਉਹ ਲੜਕੀਆਂ ਨੂੰ, ਜਿਹੜੀ ਉਹ ਛੋਟੀ ਸੀ ਲੜਕੀ ਉਮਰ ਦੇ ਵਿੱਚ, ਉਹਦੇ ਪਿਓ ਨੂੰ ਮਤਲਬ ਕਿਹਾ ਗਿਆ, ਉਹਨੇ ਵਾਪਸ ਲੈ ਲਈ ਸ਼ਿਕਾਇਤ, ਉੱਥੇ ਵੀ ਕਿਹਾ ਗਿਆ ਕਿ ਪੋਸਕੋ ਨਹੀਂ ਬਣਦਾ ਹੈ, ਉਮਰ ਘੱਟ ਨਹੀਂ ਹੈ ਲੜਕੀ ਲਈ। ਇੱਥੇ ਵੀ ਆਪਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਕਿ ਜੇ ਉਹ ਤਾਂ ਪੋਸਕੋ ਦਾ ਤਾਂ ਕੇਸ ਹੈ ਨਹੀਂ ਬਣਦਾ, ਫਿਰ SC ਦਾ ਵੀ ਕੇਸ ਨਹੀਂ ਬਣਦਾ। ਭਲੇ ਲੋਕੋ, ਵੀਡੀਓਜ਼ ਤੁਹਾਡੇ ਸਾਹਮਣੇ ਹੈ, ਵੀਡੀਓਜ਼ ਦੇ ਵਿੱਚ ਇੱਕ ਇਮੋਰਲ ਕਿਸਮ ਦਾ ਐਕਟ ਕੀਤਾ ਗਿਆ ਵਿੱਚ ਦੋ ਬੰਦੇ ਸ਼ਾਮਲ, ਇੱਕ ਬੰਦਾ ਸ਼ਿਕਾਇਤ ਕਰ ਦਿੰਦਾ। ਮਤਲਬ ਅਸੀਂ ਹੁਣ ਇਹ ਕਹੀਏ ਕਿ ਉਹ ਵੀਡੀਓਜ਼ ਵੀ ਜੀ ਮਤਲਬ ਅੱਛਾ, ਉਹ ਹੁਣ ਅੱਜ ਹੁਣੇ ਮੈਂ ਸੁਣ ਰਿਹਾ ਸੀ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸੀ, ਉਹ ਕਹਿੰਦਾ ਜੀ ਮੈਨੂੰ ਲੱਗਦਾ ਹੈ ਵੀ ਇਹ ਕਹਿ ਰਹੇ ਨੇ, ਉਹ 'ਤੇ ਪ੍ਰੈਸ਼ਰ ਪਾ ਰਹੇ ਨੇ ਵੀ ਇਹ ਕਿਹਾ ਜਾਵੇ ਵੀ ਜਾਂ ਉਹਦਾ ਬਿਆਨ ਲਿਆ ਜਾਵੇ ਵੀ ਇਹ ਸਾਰਾ ਕੁਛ ਸਾਤੋਂ ਸੁਖਪਾਲ ਸਿੰਘ ਖਹਿਰਾ ਨੇ ਕਰਵਾਇਆ। ਇਹ ਹੋਰ ਵੀ ਹਾਸੋਹੀਣੀ ਗੱਲ ਹੋਊਗੀ
ਕਿ ਸੁਖਪਾਲ ਸਿੰਘ ਖਹਿਰਾ ਕੈਮਰਾ ਲੈ ਕੇ ਖੜਾ ਸੀ, ਉਹ ਮੰਤਰੀ ਸਾਹਿਬ ਨੂੰ ਤੇ ਕੇਸ਼ਵ ਜੀ ਨੂੰ ਕਹਿ ਰਿਹਾ ਸੀ ਹੁਣ ਤੁਸੀਂ ਇਹ ਕੰਮ ਕਰੋ, ਮੈਂ ਤੁਹਾਡੀ ਵੀਡੀਓ ਬਣਾਉਂਦਾ। ਮਤਲਬ ਕਿਸ ਯੁੱਗ ਦੇ ਵਿੱਚ, ਕਿਸ ਜ਼ਮਾਨੇ 'ਚ ਅਸੀਂ ਰਹਿ ਰਹੇ ਹਾਂ ਕਿ ਇੱਕ ਪਬਲਿਕ ਲਾਈਫ ਦੀ ਇੱਕ ਮੋਰੈਲਿਟੀ ਹੁੰਦੀ, ਉਹਨੂੰ ਤੁਸੀਂ ਟੈਕਨੀਕਲੀ ਜਿੰਨਾ ਮਰਜ਼ੀ ਕਵਰ ਕਰ ਲਓ, ਜਿੰਨਾ ਮਰਜ਼ੀ ਤੁਸੀਂ ਇਹ ਕਹਿ ਦਿਓ ਕਿ ਜੀ ਇਸ ਤਰ੍ਹਾਂ ਇੱਦਾਂ, ਤਾਂ ਸਾਰਾ ਸਾਰੇ ਦੇ ਸਾਰੀ ਰਮਾਇਣ ਮਤਲਬ ਮਹਾਂਭਾਰਤ ਸਾਰੀ ਜਸਟੀਫਾਈ ਹੋ ਜਾਂਦੀ ਹੈ। ਡਾਕਟਰ ਸਾਹਿਬ ਇਸ ਤਰ੍ਹਾਂ ਦੇ ਖਾਦਸੇ, ਡਾਕਟਰ ਸਾਹਿਬ ਇਸ ਜਿਹੜੇ ਤੁਸੀਂ ਖਾਦਸਿਆਂ ਦੀ ਗੱਲ ਕਰ ਰਹੇ ਹੋ ਵੀ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਵੀ ਮੇਰੇ ਉੱਪਰ ਸਾਰਾ ਮਾਮਲਾ ਆ ਸਕਦਾ, ਮੇਰਾ ਨਾਮ ਘਸੀਟਿਆ ਜਾ ਸਕਦਾ ਇਸ ਮਾਮਲੇ ਦੇ ਵਿੱਚ, ਹੁਣ ਇਹ ਗੱਲ ਤਾਂ ਕਈ ਦਿਨ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੀ ਕਹਿ ਚੁੱਕੇ ਨੇ, ਜਨਤਕ ਤੌਰ 'ਤੇ ਕਹਿ ਚੁੱਕੇ ਨੇ ਵੀ ਭਾਈ ਇਹ ਦੇਖੋ ਹੁਣ ਯੂ ਟਰਨ ਆਏਗਾ, ਸ਼ਿਕਾਇਤ ਕਰਤਾ ਸ਼ਿਕਾਇਤ ਵਾਪਸ ਲਏਗਾ ਅਤੇ ਇਸ ਮਾਮਲੇ ਨੂੰ ਸੁਖਪਾਲ ਸਿੰਘ ਮਾਫ਼ ਕਰਨਾ ਵੀ ਇਸ ਮਾਮਲੇ 'ਚ ਸੁਖਪਾਲ ਸਿੰਘ ਖਹਿਰਾ ਨੂੰ ਘਸੀਟਿਆ ਜਾਏਗਾ। ਇਹ ਗੱਲ ਪਹਿਲਾਂ ਮਜੀਠੀਆ ਸਾਹਿਬ ਵੀ ਕਰ ਚੁੱਕੇ ਨੇ, ਕੀ ਹੁਣ ਉਹਨਾਂ ਦੇ ਬਿਆਨਾਂ ਦੇ ਉੱਪਰ ਅੱਜ ਮੋਹਰ ਲੱਗ ਗਈ ਹੈ? ਨਹੀਂ, ਸਰਕਾਰ ਮੇਰਾ ਕਹਿ ਲਿਆ ਜਿਵੇਂ ਜਿਵੇਂ ਉਹ ਕਹਿ ਰਹੇ ਨੇ ਸਰਕਾਰ ਉਵੇਂ ਉਵੇਂ ਕਰ ਰਹੀ ਹੈ। ਮਤਲਬ ਤੁਸੀਂ ਇੱਕ ਸ਼ਿਕਾਇਤਕਰਤਾ ਨੂੰ ਬੇਸਿਕਲੀ ਕਿਵੇਂ ਉਹਦੇ 'ਚ ਦੋਸ਼ੀ ਠਹਿਰਾਓਗੇ? ਇੱਕ ਪਾਸੇ ਤਾਂ ਤੁਹਾਡੇ ਆਪਣਾ ਮੰਤਰੀ ਬਿਲਕੁਲ ਵੀਡੀਓ ਰਿਕਾਰਡ ਹੈ, ਫੋਰੈਂਸਿਕ ਉਹਦੀ ਜਾਂਚ ਕਰਾ ਲਈ ਹੈ, ਗਵਰਨਰ ਨੇ ਤੁਹਾਨੂੰ ਕਿਹਾ, SC ST ਕਮਿਸ਼ਨ ਨੇ ਕਿਹਾ, ਤੁਸੀਂ ਟੈਕਨੀਕਲੀ ਤਾਂ ਕਵਰ ਕਰ ਲਓਗੇ, ਪਰ ਉਹ ਬੇਸਿਕਲੀ ਜਿਹੜਾ ਇੱਕ ਮੋਰਲ ਉਹਦਾ ਨੈਤਿਕ ਜਿਹੜਾ ਉਹਦਾ ਕੰਪੋਨੈਂਟ ਹੈ ਉਹਨੂੰ ਕਿਸ ਤਰ੍ਹਾਂ ਕਰਾਓਗੇ? ਜੀ ਕਿ ਇੱਕ ਇੱਕ ਮੰਤਰੀ ਲੈਵਲ ਦਾ ਬੰਦਾ ਤੁਸੀਂ ਉਹਨੂੰ ਮੰਤਰੀ ਬਣਾ ਕੇ ਰੱਖਿਆ ਹੋਇਆ ਜੀ, ਜੀ ਮਤਲਬ ਉਹ ਇਸ ਤਰ੍ਹਾਂ ਦੇ ਐਕਟ ਦੇ ਵਿੱਚ ਸ਼ਾਮਲ ਹੈ, ਇਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਾਂਗੇ? ਡਾਕਟਰ ਸਾਹਿਬ ਹੁਣ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਸਵਾਲ ਇਹ ਖੜਾ ਹੋ ਜਾਂਦਾ ਵੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਵਾਪਸ ਲੈ ਲਈ, ਜਾਂ ਉਹ ਕਹਿ ਦਈਏ ਵੀ ਸ਼ਿਕਾਇਤਕਰਤਾ ਨੇ ਕਹਿਤਾ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਆਪਣੀ ਸ਼ਿਕਾਇਤ ਦੇ ਉੱਪਰ, ਕਿ ਇਸ ਤੋਂ ਬਾਅਦ ਹੁਣ ਇਹ ਮਾਮਲਾ ਖਤਮ ਹੋ ਗਿਆ ਜਾਂ ਫਿਰ ਇਹ ਵਿਰੋਧੀ ਪਾਰਟੀਆਂ ਜਾਂ ਗਵਰਨਰ ਸਾਹਿਬ, ਕਿਉਂਕਿ ਇਹ ਮਾਮਲਾ ਗਵਰਨਰ ਸਾਹਿਬ ਕੋਲ ਹੀ ਪਹੁੰਚਿਆ ਸੀ, ਉੱਥੇ ਸ਼ੁਰੂਆਤ ਹੋਈ ਸੀ, ਆਪਣੇ ਪੱਧਰ ਦੇ ਉੱਪਰ ਵੀ ਹੁਣ ਇਸ ਮਾਮਲੇ ਦੇ ਉੱਪਰ ਕੋਈ ਕਾਰਵਾਈ ਕਰਵਾ ਸਕਦੇ ਨੇ, ਜਾਂ ਫਿਰ ਮਾਮਲਾ ਠੰਡੇ ਵਾਸਤੇ ਹੈ ਅਤੇ ਮਾਮਲੇ ਨੂੰ ਬੰਦ ਕਰ ਦਿੱਤਾ ਜਾਏਗਾ, ਮੰਤਰੀ ਸਾਹਿਬ ਨੂੰ ਕਲੀਨ ਚਿੱਟ? ਦੇਖੋ ਲਖਵਿੰਦਰ ਜੀ, ਜਿਹੜੀ ਕਾਰਵਾਈ ਹੈ ਉਹ ਤਾਂ ਸਿਆਸੀ ਤੌਰ 'ਤੇ ਹੋਣੀ ਹੈ, ਔਰ ਸਿਆਸੀ ਦੋ ਹੀ ਧਿਰਾਂ ਨੇ ਮੌਕੇ ਤੌਰ 'ਤੇ ਜਿਹੜੀਆਂ ਪਿੱਛੇ ਲੜ ਰਹੀਆਂ ਨੇ, ਸੈਂਟਰ ਦੇ ਵਿੱਚ BJP ਹੈ ਅਤੇ ਇੱਥੇ ਆਮ ਆਦਮੀ ਗੌਰਮੈਂਟ ਹੈ, ਬਾਕੀ ਸਾਰੇ ਬੰਦੇ ਨੇ ਜਿਹੜੇ ਇਸ ਖੇਡ ਦੇ ਵਿੱਚ ਮੋਹਰੇ ਹੀ ਨੇ ਲਗਭਗ, ਚਾਹੇ ਉਹ ਟਰੂ ਚੱਕ ਹੈ, ਚਾਹੇ ਉਹ ਕੇਸ਼ਵ ਜੀ ਨੇ, ਚਾਹੇ ਉਹ ਖਹਿਰਾ ਸਾਹਿਬ ਨੇ, ਚਾਹੇ ਉਹ ਮਜੀਠੀਆ, ਇਹ ਇਹ ਪਿਛਲੇ ਹੱਥ ਸਾਨੂੰ ਕਲੀਅਰ ਨੇ। ਜੇ ਸੈਂਟਰ ਦੇ ਵਿੱਚ ਇੰਟਰਸਟ ਲੈਂਦਾ ਤਾਂ ਉਹ ਬਿਲਕੁਲ ਹੋ ਸਕਦਾ ਦੁਬਾਰਾ ਪਲਟੀ ਮਾਰ ਜਾਵੇ ਜਿਹੜਾ ਵਿਕਟਮ ਹੈ, ਕਿਉਂਕਿ ਪ੍ਰੈਸ਼ਰ 'ਚ ਤਾਂ ਵਿਚਾਰਾ ਫੁੱਟਬਾਲ ਬਣਿਆ ਹੋਇਆ, ਇੱਕ ਨੇ ਲੱਤ ਮਾਰੀ ਦੂਏ ਪਾਸੇ ਦੂਏ ਨੇ ਮਾਰੀ, ਉਹ ਫਿਰ ਕਹਿ ਦੇਵੇ, ਔਰ ਫਿਰ ਕੁਛ CBI ਦੀ ਇਨਕੁਆਇਰੀ ਦੀ ਮੰਗ ਉੱਠ ਖੜੇ। ਪਰ ਇੱਕ ਗੱਲ ਮੈਂ ਤੁਹਾਨੂੰ ਲਿਖ ਕੇ ਦੇਣ ਤਿਆਰ ਹਾਂ 100% ਜਿਹੜੀ ਗੱਲ ਹੋ ਗਈ ਕਿ ਆਮ ਆਦਮੀ ਪਾਰਟੀ ਨੇ, ਆਮ ਆਦਮੀ ਸਰਕਾਰ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਝਾਟੇ 'ਚ ਆਪੇ ਖੇ ਪਾ ਲਈ ਹੈ ਕੇਸ ਦੇ ਨਾਲ। ਹਰ ਇਹ ਕੇਸ ਹੈ ਜਿਹੜਾ ਮੇਰੇ ਖਿਆਲ ਦੇ ਵਿੱਚ ਜਿੰਨੀ ਦੇਰ ਇਹ ਚੱਲੂਗੀ ਸਰਕਾਰ ਦੀ ਹਿਸਟਰੀ ਦੇ ਵਿੱਚ ਇਹ ਦਰਜ ਹੋ ਗਿਆ ਜੀ, ਇਹਨੂੰ ਮਤਲਬ ਹੁਣ ਕੋਈ ਇਹਨੇ ਚੱਲੀ ਜਾਣਾ, ਮਤਲਬ ਇਹਨੂੰ ਆਪਾਂ ਰੋਕ ਨਹੀਂ ਸਕਦੇ ਹੁੰਦੇ। ਇਹ ਜਿਸ ਤਰੀਕੇ ਦੇ ਨਾਲ ਐਮਰਜੈਂਸੀ ਇੰਦਰਾ ਗਾਂਧੀ ਨਾਲ ਜੁੜ ਗਈ ਸੀ, ਬਿਆਨ ਸਿੰਘ ਹੋਰਾਂ ਦੇ ਟਾਈਮ ਮਤਲਬ ਇੱਕ ਕਹਿ ਲਓ ਕਿ ਉਹ ਹੋ ਗਿਆ ਸੀ, ਨੀਤੀਆ ਕਾਂ ਹੋ ਗਿਆ ਸੀ, ਤੁਹਾਨੂੰ ਯਾਦ ਹੋਣਾ ਇੱਕ ਪੈਂਚ ਲੜਕੀ ਸੀਗੀ, ਉਹ ਜੁੜ ਜਾਂਦਾ ਜੀ। ਬਿਲਕੁਲ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਉੱਪਰ ਹੁਣ ਸੈਲਫ ਗੋਲ, ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਸੀਗੇ ਵੀ ਸੈਲਫ ਗੋਲ ਕਰ ਲਿਆ ਗਾ, ਤਾਂ ਸਰਕਾਰ ਦੀਆਂ ਮੁਸ਼ਕਲਾਂ ਭਾਵੇਂ ਦੇਖਣ ਨੂੰ ਤਾਂ ਹਾਲਾਤ ਇਹ ਲੱਗ ਰਹੇ ਨੇ ਵੀ ਹੁਣ ਚਲੋ ਜੋ ਸ਼ਿਕਾਇਤ ਕਰਤਾ ਸੀ ਉਸਦੇ ਵੱਲੋਂ ਸਭ ਕੁਝ ਰਿਟਰਨ ਦੇ ਵਿੱਚ ਦਿੱਤਾ ਗਿਆ, ਸਿੱਟ ਜੋ ਬਣੀ ਸੀ ਇਸ ਪੂਰੇ ਮਾਮਲੇ ਦੇ ਉੱਪਰ ਉਸਦੇ ਵੱਲੋਂ SC ਕਮਿਸ਼ਨ ਨੂੰ ਆਪਣੀ ਰਿਪੋਰਟ ਵੀ ਭੇਜ ਦਿੱਤੀ ਗਈ ਹੈ, ਲੇਕਿਨ ਕਿਤੇ ਨਾ ਕਿਤੇ ਹੁਣ ਜਿਵੇਂ ਵਿਰੋਧੀ ਸੁਰ ਉੱਠਣ ਲੱਗੇ, ਵਿਰੋਧੀ ਪਾਰਟੀ ਦੇ ਲੋਕ ਇਸ ਮਾਮਲੇ ਦੇ ਉੱਪਰ
ਹੁਣ ਆਪਣੇ ਵਿਚਾਰ ਦੇਣ ਲੱਗੇ ਨੇ ਜਾਂ ਸਰਕਾਰ ਨੂੰ ਘੇਰਨ ਲੱਗੇ ਨੇਗੇ। ਸਰਕਾਰ ਅਤੇ ਵਿਰੋਧੀ ਪਾਰਟੀਆਂ ਇਸ ਮਾਮਲੇ ਦੇ ਉੱਪਰ ਆਹਮੋ ਸਾਹਮਣੇ ਹੁੰਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਅਤੇ ਨਾਲ ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਮੁਸ਼ਕਲਾਂ ਫਿਰ ਤੋਂ ਵੀ ਵੱਧ ਸਕਦੀਆਂ ਨੇ, ਜਿਸ ਤਰੀਕੇ ਨਾਲ ਤੁਸੀਂ ਕਿਹਾ। ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਡਾਕਟਰ ਹਰਵਿੰਦਰ ਸਿੰਘ ਪੱਟੀ ਸੀ ਜੋ ਅੱਜ ਸਾਡੇ ਨਾਲ ਜੁੜੇ ਸੀ, ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਹ ਤੱਕ ਦਿਓ ਇਜਾਜ਼ਤ। ਧੰਨਵਾਦ।